ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੇ ਬਾਰੇ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਦਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਕੱਲੇ-ਕੱਲੇ ਜ਼ਿਲ੍ਹੇ ਦੇ ਮੌਸਮ ਦੇ ਬਾਰੇ ਤੁਸੀਂ ਵੀਡੀਓ ਨਾਲ ਲਾਸਟ ਤੱਕ ਜੁੜੇ ਰਹੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ ਤੇ ਤਾਜ਼ਾ ਖਬਰਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜ਼ਿਲ੍ਹਾ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਸਾਫ਼ ਦੱਸਿਆਗਾ ਪਰ ਅਸਮਾਨ ਦੇ ਵਿੱਚ ਮੌਸਮ ਵਿਭਾਗ ਦੇ ਅਨੁਸਾਰ ਬੱਦਲਵਾਈ ਬਣੀ ਰਹੇਗੀ ਅੱਜ ਦਿਨੇ 11 ਵਜੇ ਤੱਕ ਬੱਦਲਵਾਈ ਦੇ ਨਾਲ ਹਲਕੀ ਧੁੱਪ ਦੇਖੀਗੀ ਪਰ 12 ਵਜੇ ਤੋਂ ਬਾਅਦ ਦੁਪਹਿਰ ਦੇ 3 ਵਜੇ ਤੱਕ ਪੂਰੀ ਕਲੀਅਰ ਧੁੱਪ ਨਿਕਲੇਗੀ ਪਰ ਸ਼ਾਮ ਦੇ ਵੇਲੇ 4 ਵਜੇ ਤੋਂ ਲੈ ਕੇ ਲਗਾਤਾਰ ਆਉਣ ਵਾਲੇ ਘੰਟੇ ਸਮਾਂ ਦੇ ਵਿੱਚ ਬੱਦਲਵਾਈ ਬਣੀ ਰਹੇਗੀ ਜਿਸ ਕਰਕੇ ਸੰਗਰੂਰ ਦੇ ਅੰਦਰ ਪੂਰੀ ਜੰਮ ਅਗੇ ਠੰਡ ਪਵੇਗੀ ਤੇ ਨਾਲ ਕੋਰੇ ਦੀ ਸੁਭਾਵਨਾ ਵੀ ਦੱਸੀ ਗਈ ਹੈ ਅੱਜ ਸਵੇਰੇ ਆਪਾਂ ਨੂੰ ਕੋਰਾ ਵੀ ਦੇਖਣ ਨੂੰ ਮਿਲੇਗਾ ਸੰਗਰੂਰ ਦੇ ਅੰਦਰ ਤੇ ਹੁਣ ਗੱਲ ਕਰਦੇ ਆ ਆਪਾਂ ਜ਼ਿਲ੍ਹਾ ਮਾਨਸੇ ਦੀ ਤਾਂ ਮਾਨਸਾ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਕਲੀਅਰ ਦੱਸਿਆਗਾ ਤੁਹਾਨੂੰ ਦੱਸਿਓ ਕਿ ਅੱਜ ਦਿਨ ਦੇ 11 ਵਜੇ ਤੱਕ ਮਾਨਸਾ ਦੇ ਅੰਦਰ ਵੀ ਬੱਦਲਬਾਈ ਬਣੀ ਰਹੇਗੀ ਜਿਸ ਕਰਕੇ ਪੂਰੀ ਤਰ੍ਹਾਂ ਠੰਡ ਪਵੇਗੀ ਤੇ ਕੋਰਾ ਵੀ ਪਵੇਗਾ ਤੇ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੋਂ ਨਿਕਲੇਗੀ ਤੇ ਉਸ ਤੋਂ ਬਾਅਦ ਫਿਰ ਆਉਣ ਵਾਲੇ 24 ਘੰਟੇ ਸ਼ਾਮ ਦੇ 5 ਵਜੇ ਤੋਂ ਲੈ ਕੇ ਲਗਾਤਾਰ ਅਸਮਾਨ ਦੇ ਵਿੱਚ ਬੱਦਲਬਾਈ ਬਣੀ ਰਹੇਗੀ ਜਿਸ ਕਰਕੇ ਮਾਨਸਾ ਦੇ ਅੰਦਰ ਵੀ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਰਹੇਗਾ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਵੀ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਕਲੀਅਰ ਦੱਸਿਆ ਗਿਆ ਪਰ ਲੁਧਿਆਣਾ ਦੇ ਵਿੱਚ ਆਉਣ ਵਾਲੇ 24 ਘੰਟੇ ਪੂਰੀ ਜੰਮ ਕੇ ਕੜਾਕੇ ਦੀ ਠੰਡ ਵੀ ਪਵੇਗੀ ਸੀਤ ਲਹਿਰ ਦੀ ਸੁਭਾਵਣਾ ਵੀ ਦੱਸੀ ਗਈ ਹੈ ਲੁਧਿਆਣਾ ਦੇ ਅੰਦਰ ਕੋਰਾ ਵੀ ਪੂਰਾ ਜੰਮ ਕੇ ਪਵੇਗਾ ਕਿਉਂਕਿ ਆਉਣ ਵਾਲੇ 24 ਘੰਟੇ ਅਸਮਾਨ ਦੇ ਅੰਦਰ ਧੁੰਦ ਦੇ ਨਾਲ ਬੱਦਲਵਾਈ ਵੀ ਛਾਈ ਰਹੇਗੀ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਵੀ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਸਾਫ਼ ਦੱਸਿਆਗਾ ਪਰ ਠੰਡ ਦਾ ਪ੍ਰਕੋਪ ਜਲੰਧਰ ਦੇ ਅੰਦਰ ਵੀ ਪੂਰੀ ਤਰ੍ਹਾਂ ਜਾਰੀ ਰਹੇਗਾ ਤੇ ਮੌਸਮ ਵਿਭਾਗ ਦੇ ਅਨੁਸਾਰ ਜਲੰਧਰ ਦੇ ਕੁਝ ਪਿੰਡਾਂ ਦੇ ਵਿੱਚ ਅੱਜ ਸਵੇਰੇ ਕੋਰਾ ਵੀ ਵੇਖਣ ਨੂੰ ਮਿਲੇਗਾ ਜਿਸ ਕਰਕੇ ਜਲੰਧਰ ਜ਼ਿਲ੍ਹੇ ਦੇ ਵਿੱਚ ਠੰਡ ਪੂਰੀ ਤਰ੍ਹਾਂ ਜਾਰੀ ਰਹੇਗੀ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਮੋਗਾ ਦੀ ਤਾਂ ਮੋਗੇ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਸਾਫ਼ ਦੱਸਿਆਗਾ ਪਰ ਅੱਜ ਦਿਨ ਦੇ ਵੇਲੇ ਸ਼ਾਮ ਦੇ 5 ਵਜੇ ਤੱਕ ਹਲਕੀ ਬੱਦਲਵਾਈ ਦੇ ਨਾਲ ਹਲਕੀ-ਹਲਕੀ ਧੁੱਪ ਵੀ ਨਿਕਲੇਗੀ ਜਿਸ ਕਰਕੇ ਦੋਸਤੋ ਮੌਸਮ ਦੇ ਵਿੱਚ ਥੋੜੀ ਨਮੀ ਦੇਖਣ ਨੂੰ ਮਿਲੇਗੀ ਧੁੰਦ ਵੀ ਬਣੀ ਰਹੇਗੀ ਪਰ ਠੰਡ ਦਾ ਪ੍ਰਕੋਪ ਜ਼ਿਆਦਾ ਬਣਿਆ ਰਹੇਗਾ ਮੋਗਾ ਦੇ ਅੰਦਰ ਵੀ ਤੇ ਹੁਣ ਗੱਲ ਕਰਦੇ ਹਾਂ ਜਿਲ੍ਹਾ ਫਿਰੋਜ਼ਪੁਰ ਦੀ ਤੇ ਫਿਰੋਜ਼ਪੁਰ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਕਲੀਅਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮੀ ਗੜਬੜ ਨਹੀਂ ਦੱਸੀ ਹੈ ਪਰ ਤੁਹਾਨੂੰ ਦੱਸਿਏ ਕਿ ਅੱਜ ਸਵੇਰੇ ਸ਼ਾਮ ਦੇ 5 ਵਜੇ ਤੱਕ ਮੌਸਮ ਦੇ ਵਿੱਚ ਆਪਾਂ ਨੂੰ ਹਲਕੀ ਬਦਲਵਾਈ ਤੇ ਨਾਲ ਹਲਕੀ-ਹਲਕੀ ੱਤਪ ਵੀ ਦੇਖਣ ਨੂੰ ਮਿਲੇਗੀ ਤੁਹਾਨੂੰ ਦੱਸਿਏ ਕਿ ਫਿਰੋਜ਼ਪੁਰ ਦੇ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਰਹੇਗਾ ਤੇ ਹੁਣ ਗੱਲ ਕਰਦੇ ਆਪਾਂ ਜਿਲ੍ਹਾ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਦੋਸਤੋ ਅੱਜ ਸਵੇਰ ਦੇ 9 ਵਜੇ ਤੱਕ ਪੂਰੀ ਜੰਮ ਕੇ ਧੁੰਦ ਪਵੇਗੀ ਪਰ ਉਸ ਤੋਂ ਬਾਅਦ ਮੌਸਮ ਬਿਲਕੁਲ ਹੌਲੀ ਹੌਲੀ ਕਲੀਅਰ ਹੁੰਦਾ ਰਹੇਗਾ ਤੁਹਾਨੂੰ ਦੱਸਿਏ ਕਿ ਸ਼ਾਮ ਦੇ 4 ਵਜੇ ਤੱਕ ਬੱਦਲ ਵਾਈ ਦੇ ਨਾਲ ਹਲਕੀ ਧੁੱਪ ਦਿਖੇਗੀ ਪਰ ਮੌਸਮ ਬਿਲਕੁਲ ਕਲੀਅਰ ਦੱਸਿਆਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮੀ ਗੜਬੜ ਅਮਰਤਸਰ ਦੇ ਵਿੱਚ ਆਉਣ ਵਾਲੇ 24 ਘੰਟੇ ਨਹੀਂ ਹੋਵੇਗੀ ਪਰ ਠੰਡ ਜ਼ਿਆਦਾ ਰਹੇਗੀ ਨਾਲ ਕੋਰੇ ਦੀ ਸਵੇਰ ਬਣાવી ਦੱਸੀ ਹੈ ਕਿਉਂਕਿ ਮੌਸਮਾ ਆਸਮਾਨ ਦੇ ਵਿੱਚ ਕਲਾਉਡੀ ਬਣਿਆ ਰਹੇਗਾ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਕਲੀਅਰ ਤੇ ਸਾਫ਼ ਬਣਿਆ ਰਹੇਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮੀ ਗੜਬੜ ਨਹੀਂ ਦੱਸੀ ਹੈ ਤੁਹਾਨੂੰ ਦੱਸੀ ਕਿ ਅੱਜ ਸਵੇਰ ਦੇ 11 ਵਜੇ ਤੱਕ ਪਟਿਆਲਾ ਦੇ ਵਿੱਚ ਹਲਕੀ ਬਦਲਵਾਈ ਦੇ ਨਾਲ ਅੱਪਾ ਨੂੰ ਹਲਕੀ ਧੁੱਪ ਵੀ ਦੇਖਣ ਨੂੰ ਮਿਲੇਗੀ ਪਰ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਟਿਆਲਾ ਦੇ ਅੰਦਰ ਵਧੀਆ ਧੁੱਪ ਨਿਕਲੇਗੀ ਠੰਡ ਜ਼ਿਆਦਾ ਨਹੀਂ ਰਹੇਗਾ ਦਰਮਿਆਨਾ ਮੌਸਮ ਬਣਿਆ ਰਹੇਗਾ ਪਰ ਰਾਤ ਦੇ ਵੇਲੇ ਫਿਰ ਕੋਹਰਾ ਤੇ ਠੰਡ ਪੈਣ ਦੀ ਜ਼ਿਆਦਾ ਸੰਭਾਵਨਾ ਦੱਸੀ ਗਈ ਹੈ ਪਟਿਆਲਾ ਦੇ ਅੰਦਰ ਵੀ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਬਰਨਾਲਾ ਦੀ ਬਰਨਾਲਾ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਕਲੀਅਰ ਦੱਸਿਆ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮੀ ਹਲਚਲ ਨਹੀਂ ਹੋਵੇਗੀ ਬਰਨਾਲਾ ਦੇ ਵਿੱਚ ਤੁਹਾਨੂੰ ਦੱਸੀ ਕਿ ਅੱਜ ਸਵੇਰ ਦੇ 11 ਦੇ 11 ਵਜੇ ਤੱਕ ਬਰਨਾਲਾ ਦੇ ਵਿੱਚ ਹਲਕੀ ਬਦਲਵਾਈ ਦੇ ਨਾਲ ਧੁੱਪ ਨਿਕਲੇਗੀ ਪਰ ਦੁਪਹਿਰ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਮੌਸਮ ਕਲੀਅਰ ਹੋਏਗਾ ਧੁੱਪ ਨਿਕਲੇਗੀ ਪਰ ਫਿਰ 1 ਘੰਟਾ ਬਦਲਵਾਈ ਦੇ ਨਾਲ ਹਲਕੀ ਧੁੱਪ ਨਿਕਲੇਗੀ ਇਸੇ ਤਰ੍ਹਾਂ ਹੀ ਬਰਨਾਲਾ ਦੇ ਵਿੱਚ ਕੁਝ ਘੰਟੇ ਆਪਾਂ ਨੂੰ ਧੁੰਦ ਤੇ ਠੰਡ ਤੋਂ ਰਾਤ ਮਿਲੇਗੀ ਕਿਉਂਕਿ ਕੋਸਕ ਕਾਂਟੇ ਬਰਨਾਲਾ ਦੇ ਵਿੱਚ ਆਪਾਂ ਨੂੰ ਧੁੱਪ ਨਿਕਲਦੀ ਨਜ਼ਰ ਆ ਰਹੀ ਹੈ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਗੁਰਦਾਸਪੁਰ ਦੀ ਤਾਂ ਗੁਰਦਾਸਪੁਰ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਸਾਫ਼ ਦੱਸਿਆਗਾ ਪਰ ਤੁਹਾਨੂੰ ਦੱਸੀ ਕਿ ਅੱਜ ਸਵੇਰ ਦੇ 9 ਵਜੇ ਤੱਕ ਗੁਰਦਾਸਪੁਰ ਦੇ ਅੰਦਰ ਪੂਰੀ ਠੰਡ ਤੇ ਕੋਰਾ ਜੰਮ ਕੇ ਪਵੇਗਾ ਜਿਸ ਕਰਕੇ ਗੁਰਦਾਸਪੁਰ ਦੇ ਸਾਰੇ ਪਿੰਡਾਂ ਦੇ ਵਿੱਚ ਲਗਾਤਾਰ ਠੰਡ ਦਾ ਪ੍ਰਕੋਪ ਜਾਰੀ ਰਹੇਗਾ ਤੇ ਕੜਾਕੇ ਦੀ ਠੰਡ ਦੱਸਿਆ ਗੁਰਦਾਸਪੁਰ ਦੇ ਵਿੱਚ ਤੁਹਾਨੂੰ ਦੱਸੀ ਕਿ ਅੱਜ ਸਵੇਰ 10 ਵਜੇ ਤੋਂ ਲੈ ਕੇ 11 ਵਜੇ ਤੱਕ ਥੋੜਾ ਮੌਸਮ ਸਾਫ਼ ਬਣੇਗਾ ਉਸ ਤੋਂ ਬਾਅਦ ਜੋ ਮੌਸਮ ਲਗਾਤਾਰ 1 ਵਜੇ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਫਿਰ ਦੁਪਹਿਰ ਦੇ 2 ਵਜੇ ਤੋਂ ਲੈ ਕੇ ਆਉਣ ਵਾਲੇ 8 ਤੋਂ 10 ਘੰਟੇ ਗੁਰਦਾਸਪੁਰ ਦੇ ਵਿੱਚ ਪੂਰੀ ਤਰ੍ਹਾਂ ਫੇਰ ਠੰਡ ਜਾਰੀ ਰਹੇਗੀ ਕੜਾਕੇ ਦੀ ਠੰਡ ਤੇ ਸੀਤ ਲਹਿਰ ਚੱਲਣ ਦੀ ਵੀ ਸੰਭਾਵਨਾ ਦੱਸੀ ਗਈ ਹੈ ਗੁਰਦਾਸਪੁਰ ਦੇ ਅੰਦਰ ਪਰ ਮੌਸਮ ਬਿਲਕੁਲ ਸਾਫ਼ ਦੱਸਿਆਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮ ਗੜਬੜ ਦੇਖਣ ਨੂੰ ਨਹੀਂ ਮਿਲੇਗੀ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਿ ਹੁਸ਼ਿਆਰਪੁਰ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਕਲੀਅਰ ਦੱਸਿਆ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮੀ ਘਟਪੜ ਨਹੀਂ ਹੋਵੇਗੀ ਤੁਹਾਨੂੰ ਦੱਸਿਆ ਕਿ ਅੱਜ ਸਵੇਰ ਦੇ 9 ਵਜੇ ਤੱਕ ਹਲਕੀ ਬੱਦਲਬਾਈ ਬਣੀ ਰਹੇਗੀ ਪਰ ਉਸ ਤੋਂ ਬਾਅਦ 10 ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਹੁਸ਼ਿਆਰਪੁਰ ਦੇ ਵਿੱਚ ਵਧੀਆ ਧੁੱਪ ਨਿਕਲੇਗੀ ਜਿਸ ਕਰਕੇ ਠੰਡ ਤੋਂ ਹੁਸ਼ਿਆਰਪੁਰ ਵਾਸੀਆਂ ਨੂੰ ਥੋੜੀ ਰਾਤ ਮਿਲੇਗੀ ਪਰ ਉਸ ਤੋਂ ਬਾਅਦ ਫੇਰ ਆਉਣ ਵਾਲੇ 24 ਘੰਟੇ ਅਸਮਾਨ ਦੇ ਵਿੱਚ ਬੱਦਲ ਵਾਈ ਦੇ ਨਾਲ ਹਲਕੀ ਹਲਕੀ ਧੁੰਦ ਬਣਦੀ ਨਜ਼ਰ ਆ ਰਹੀ ਹੈ ਸਾਮ ਨੂੰ ਜਿਸ ਕਰਕੇ ਸ਼ਹਿਰਪੁਰ ਦੇ ਵਿੱਚ ਉਸ ਤੋਂ ਬਾਅਦ ਸ਼ਾਮ ਵੇਲੇ ਠੰਡ ਵਧਣੀ ਸ਼ੁਰੂ ਹੋ ਜਾਵੇਗੀ ਤੇ ਹੁਣ ਗੱਲ ਕਰਦੇ ਆਪਾਂ ਜੇਲਾ ਤਰਨਤਾਰਨ ਦੀ ਤਾਂ ਤਰਨਤਾਰਨ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਸਾਫ ਦੱਸਿਆ ਗਿਆ ਪਰ ਅੱਜ ਸਵੇਰੇ ਪੂਰੀ ਠੰਡ ਤੇ ਨਾਲ ਕੜਾਕੇ ਦਾ ਕੋਰਾ ਵੀ ਪਵੇਗਾ ਤੁਹਾਨੂੰ ਦੱਸੀਏ ਕਿ ਸਵੇਰ ਦੇ 10 ਵਜੇ ਤੋਂ ਲੈ ਕੇ ਦੁਪਹਿਰ ਦੇ ਸ਼ਾਮ ਦੇ 4 ਵਜੇ ਤੱਕ ਤਰਨ ਤਾਰਨ ਦੇ ਵਿੱਚ ਪੂਰੀ ਠੰਡ ਦੱਸੀ ਹੈ ਤਾਂ ਦੋਸਤੋ ਤੁਹਾਨੂੰ ਦੱਸੇ ਕਿ ਸਾਰੇ ਤਰਨ ਤਾਰਨ ਦੇ ਲੱਗਦੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਠੰਡ ਦਾ ਪ੍ਰਕੋਪ ਜਾਰੀ ਰਹੇਗਾ ਪਰ ਮੌਸਮ ਕਿਸ ਤਰ੍ਹਾਂ ਦਾ ਕੋਈ ਵੀ ਗੜਬੜ ਨਹੀਂ ਦੱਸੀ ਹੈ ਮੌਸਮ ਬਿਲਕੁਲ ਸਾਫ਼ ਰਹੇਗਾ ਪਰ ਠੰਡ ਜ਼ਿਆਦਾ ਬਣੀ ਰਹੇਗੀ ਤੇ ਹਲਕੀ ਹਲਕੀ ਹਵਾ ਵੀ ਚੱਲਦੀ ਰਹੇਗੀ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਮੁਕਸਰ ਦੀ ਮੁਕਸਰ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਕਲੀਅਰ ਦੱਸਿਆ ਗਿਆ ਪਰ ਮੁਕਸਰ ਦੇ ਅੰਦਰ ਵੀ ਇਹਨਾਂ 24 ਘੰਟਿਆਂ ਦੇ ਦਰਮਿਆਨ ਪੂਰੀ ਕੜਾਕੀ ਦੀ ਠੰਡ ਪਵੇਗੀ ਕੋਰਾ ਵੀ ਪਵੇਗਾ ਅੱਜ ਸਵੇਰੇ ਮੁਕਸਰ ਦੇ ਅੰਦਰ ਤੁਹਾਨੂੰ ਦੱਸੀਏ ਕਿ 8 ਤੋਂ 10 ਕਿਲੋਮੀਟਰ ਦੀ ਰਫਤਾਰ ਦੇ ਨਾਲ ਹਵਾ ਵੀ ਚੱਲਦੀ ਆ ਵੀ ਰਹੇਗੀ ਮੁਕਸਰ ਦੇ ਵਿੱਚ ਪਰ ਦੋਸਤੋ ਮੌਸਮ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜ ਨਹੀਂ ਦੱਸੀ ਹੈ ਮੁਕਸਰ ਦੇ ਅੰਦਰ ਮੌਸਮ ਬਿਲਕੁਲ ਸਾਫ਼ ਰਹੇਗਾ ਪਰ ਠੰਡ ਜ਼ਿਆਦਾ ਰਹੇਗੀ ਮੁਕਸਰ ਦੇ ਵਿੱਚ ਤੇ ਹੁਣ ਗੱਲ ਕਰਦੇ ਆਪਾਂ ਜਿਲ੍ਹਾ ਮੁਹਾਲੀ ਦੀ ਤਾਂ ਮੁਹਾਲੀ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਸਾਫ਼ ਹੈ ਤੁਹਾਨੂੰ ਦੱਸਿਏ ਕਿ ਅੱਜ ਸਵੇਰੇ 9 ਵਜੇ ਤੱਕ ਹਲਕੀ ਬੱਦਲਵਾਈ ਦੇ ਨਾਲ ਧੁੰਦ ਦੇਖੇਗੀ ਪਰ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੂਰੀ ਵਧੀਆ ਧੁੱਪ ਨਿਕਲੇਗੀ ਜਿਸ ਕਰਕੇ ਮੋਹਾਲੀ ਵਾਸੀਆਂ ਤੇ ਮੋਹਾਲੀ ਦੇ ਨਾਲ ਲੱਗਦੇ ਪਿੰਡਾਂ 'ਚ ਆਪਾਂ ਨੂੰ ਠੰਡ ਤੋਂ ਰਾਹਤ ਮਿਲੇਗੀ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਕਪੂਰਥਲਾ ਦੀ ਤੱਕ ਕਪੂਰਥਲਾ ਦੇ ਵਿੱਚ ਅੱਜ 9 ਵਜੇ ਤੱਕ ਪੂਰੀ ਘੜਾਕੇ ਦੀ ਠੰਡ ਪਵੇਗੀ ਤੇ 5 ਤੋਂ 6 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਵੀ ਚੱਲਦੀ ਰਹੇਗੀ ਤੁਹਾਨੂੰ ਦੱਸਿਏ ਕਿ ਕਪੂਰਥਲਾ ਦੇ ਵਿੱਚ ਵੀ ਅੱਜ ਕੜਾਕੇ ਦਾ ਕੂੜਾ ਪਿਆ ਤੁਹਾਨੂੰ ਦੱਸਿਓ ਕਿ ਅੱਜ ਸਵੇਰ ਦੇ 10 ਵਜੇ ਤੋਂ ਲੈ ਕੇ ਇਸੇ ਤਰ੍ਹਾਂ ਸ਼ਾਮ ਦੇ 5 ਵਜੇ ਤੱਕ ਪੂਰਤਲਾ ਦੇ ਅੰਦਰ ਠੰਡ ਦਾ ਪ੍ਰਕੋਪ ਜਾਰੀ ਰਹੇਗਾ ਪਰ ਵਿੱਚ ਦੀ 1-2 ਘੰਟੇ ਪੂਰਤਲਾ ਦੇ ਅੰਦਰ ਆਪਾਂ ਨੂੰ ਸੂਰਜ ਦੇਖਣ ਨੂੰ ਮਿਲੇਗਾ ਪਰ ਜੋ ਆਉਣ ਵਾਲੇ 24 ਘੰਟੇ ਨੇ ਪੂਰਤਲਾ ਦੇ ਅੰਦਰ ਇਸੇ ਤਰ੍ਹਾਂ ਠੰਡ ਦਾ ਪ੍ਰਕੋਪ ਜਾਰੀ ਰਹੇਗਾ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮੀ ਗੜਬੜ ਨਹੀਂ ਦੱਸੀ ਹੈ ਕਿ ਮੀਂਹ ਜਾਂ ਤੂਫਾਨ ਕੋਈ ਇਸ ਜਿਹਦਾ ਕੋਈ ਹਲਚਲ ਨਹੀਂ ਹੈ ਤੇ ਹੁਣ ਗੱਲ ਕਰਦੇ ਹਾਂ ਪੱਜਲਾ ਰੂਪਨਗਰ ਦੀ ਤਾਂ ਰੂਪਨਗਰ ਦੇ ਵਿੱਚ ਵੀ ਦੋਸਤੋ ਆਉਣ ਵਾਲੇ 24 ਘੰਟੇ ਇਸੇ ਤਰ੍ਹਾਂ ਪੂਰੀ ਠੰਡ ਜਾਰੀ ਰਹੇਗੀ ਤੁਹਾਨੂੰ ਦੱਸਿਏ ਕਿ ਅੱਜ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ ਦੁਪਹਿਰ ਦੇ 3 ਵਜੇ ਤੱਕ ਟੁੱਪ ਨਿਕਲਦੀ ਨਜ਼ਰ ਆਊਗੀ ਪਰ ਉਸ ਤੋਂ ਬਾਅਦ ਫੇਰ ਸ਼ਾਮ ਵੇਲੇ ਠੰਡ ਦਾ ਪ੍ਰਕੋਪ ਜਾਰੀ ਰਹੇਗਾ ਕਿਉਂਕਿ ਸ਼ਾਮ ਦੇ 4 ਵਜੇ ਤੋਂ ਲੈ ਕੇ ਆਉਣ ਵਾਲੇ 8 ਤੋਂ 10 ਘੰਟੇ ਰੂਪਨਗਰ ਦੇ ਵਿੱਚ ਵੀ ਆਸਮਾਨ ਦੇ ਵਿੱਚ ਬੱਦਲਵਾਈ ਦੇ ਨਾਲ ਆਪਾਂ ਨੂੰ ਤੋਂ ਦ ਨਜ਼ਰ ਆਊਗੀ ਜਿਸ ਕਰਕੇ ਠੰਡ ਦਾ ਪ੍ਰਕੋਪ ਬਣਿਆ ਰਹੇਗਾ ਤੇ ਹੁਣ ਗੱਲ ਕਰਦੇ ਆਂ ਜ਼ਿਲ੍ਹਾ ਫਰੀਦਕੋਟ ਦੀ ਤਾਂ ਫਰੀਦਕੋਟ ਦੇ ਵਿੱਚ ਆਉਣ ਵਾਲੇ 24 ਘੰਟੇ ਪੂਰੀ ਤਰ੍ਹਾਂ ਜੰਮ ਕੇ ਠੰਡ ਪਵੇਗੀ ਤੇ ਨਾਲ ਹਲਕੀ-ਹਲਕੀ ਹਵਾ ਵੀ ਚੱਲਦੀ ਰਹੇਗੀ ਤੁਹਾਨੂੰ ਦੱਸਿਏ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮੀ ਗੜਬੜ ਨਹੀਂ ਦੱਸੀ ਹੈ ਫਰੀਦਕੋਟ ਦੇ ਅੰਦਰ ਤੇ ਹੁਣ ਗੱਲ ਕਰਦੇ ਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਸਾਫ਼ ਦੱਸਿਆਗਾ ਪਰ ਇਹਨਾਂ 24 ਘੰਟਿਆਂ ਦੇ ਦਰਮਿਆਨ ਅੱਜ ਸਵੇਰ ਦੇ 11 ਵਜੇ ਤੱਕ ਅਸਮਾਨ ਦੇ ਅੰਦਰ ਆਪਾਂ ਨੂੰ ਹਲਕੀ ਧੁੰਦ ਦੇ ਨਾਲ ਬੱਦਲਵਾਈ ਬਣੀ ਰਹੇਗੀ ਜਿਸ ਕਰਕੇ ਫਤੇਗੜ ਸਾਹਿਬ ਦੇ ਵਿੱਚ ਅੱਜ ਸਵੇਰ ਦੇ ਟਾਈਮ ਆਪਾਂ ਨੂੰ ਧੁੰਦ ਦੇ ਨਾਲ ਠੰਡ ਤੇ ਨਾਲ ਹਲਕੀ-ਹਲਕੀ ਹਵਾ ਵੀ ਦੇਖੇਗੀ ਪਰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਵਧੀਆ ਤੁੱਪ ਨਿਕਲਣ ਦੀ ਸੰਭਾਵਨਾ ਪਰ ਸ਼ਾਮ ਦੇ ਵੇਲੇ ਇਸੇ ਤਰ੍ਹਾਂ ਠੰਡ ਦਾ ਪ੍ਰਕੋਪ ਤੇ ਹਲਕੀ ਧੁੰਦ ਬਣਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਫਤੇਗੜ ਸਾਹਿਬ ਦੇ ਵਿੱਚ ਵੀ ਠੰਡ ਦਾ ਪ੍ਰਕੋਪ ਚੱਲਣਾ ਪੈ ਸਕਦਾ ਹੈ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਜ਼ਿਲ੍ਹਾ ਫਾਜ਼ਿਲਕਾ ਦੀ ਫਾਜ਼ਿਲਕਾ ਦੇ ਵਿੱਚ ਵੀ ਆਉਣ ਵਾਲੇ 24 ਘੰਟੇ ਮੌਸਮ ਤਾਂ ਸਾਫ਼ ਦੱਸਿਆ ਗਿਆ ਪਰ ਅਸਮਾਨ ਦੇ ਵਿੱਚ ਧੁੰਦ ਦੇ ਨਾਲ ਬੱਦਲਬਾਈ ਨਜ਼ਰ ਆਏਗੀ ਜਿਸ ਕਰਕੇ ਫਾਜ਼ਿਲਕਾ ਵਾਸੀਆਂ ਨੂੰ ਠੰਡ ਦਾ ਪ੍ਰਕੋਪ ਚਲਣਾ ਪੈ ਸਕਦਾ ਹੈ ਤੇ ਹੁਣ ਗੱਲ ਕਰਦੇ ਆਪਾਂ ਜ਼ਿਲ੍ਹਾ ਮਲੇਰਕੋਟਲਾ ਦੀ ਤਾਂ ਮਲੇਰਕੋਟਲਾ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਸਾਫ਼ ਬਣਿਆ ਰਹੇਗਾ ਤੁਹਾਨੂੰ ਦੱਸਿਏ ਕਿ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮੀ ਗੜਬੜ ਨਹੀਂ ਨਜ਼ਰ ਆ ਰਹੀ ਪਰ ਮਰੀਕੋਟਲਾ ਵਸਨੀਕਾਂ ਨੂੰ ਵੀ ਠੰਡ ਦਾ ਪ੍ਰਕੋਪ ਚਲਾਣਾ ਪਵੇਗਾ ਕਿਉਂਕਿ ਮਲੇਰਕੋਟਲਾ ਦੇ ਅੰਦਰ ਅੱਜ ਦਿਨ ਵੇਲੇ ਹਵਾ ਚੱਲਣ ਦੀ ਸੁਭਾਵਨਾ ਜਿਸ ਕਰਕੇ ਠੰਡ ਜ਼ਿਆਦਾ ਰਹੇਗੀ। ਸੀਤ ਲਹਿਰ ਦੀ ਸੁਭਾਵਨਾ ਵੀ ਦੱਸੀ ਜਾ ਰਹੀ ਹੈ ਆਉਣ ਵਾਲੇ 8 ਤੋਂ 10 ਘੰਟਿਆਂ ਦੇ ਅੰਦਰ ਇਸ ਵੇਲੇ ਹੁਣ ਅੱਜ ਸਵੇਰੇ ਮਰੀਕੋਟਲਾ ਦੇ ਅੰਦਰ ਕੜਾਕੇ ਦਾ ਕੋਰਾ ਵੀ ਨਜ਼ਰ ਆਊਗਾ ਦੇਖਣ ਨੂੰ ਮਿਲੇਗਾ ਤੁਹਾਨੂੰ ਦੱਸੀਏ ਕਿ ਕਿਉਂਕਿ ਅੱਜ ਪੂਰੀ ਸੰਗਣੀ ਧੁੰਦ ਪੈਣ ਦੀ ਸੁਭਾਵਨਾ ਦੱਸੀ ਗਈ ਹੈ ਮਲੇਰਕੋਟਲਾ ਦੇ ਅੰਦਰ ਤੇ ਹੁਣ ਗੱਲ ਕਰਦੇ ਆਂ ਆਪਾਂ ਜਿਹੜੇ ਨਵੇਂ ਸ਼ਹਿਰ ਦੀ ਨਵਾਂ ਸ਼ਹਿਰ ਦੇ ਵਿੱਚ ਆਉਣ ਵਾਲੀ 24 ਘੰਟੇ ਮੌਸਮ ਬਿਲਕੁਲ ਸਾਫ਼ ਬਣਿਆ ਰਹੇਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੌਸਮੀ ਗੜਬੜ ਨਹੀਂ ਦਿਖੂਗੀ ਪਰ ਨਵਾਂ ਸ਼ਹਿਰ ਵਾਸੀਆਂ ਨੂੰ ਅੱਜ ਸਵੇਰ ਦੇ 11 ਵਜੇ ਤੱਕ ਧੁੰਦ ਦੇ ਨਾਲ ਹਲਕੀ ਬੱਦਲਵਾਈ ਬਣੇਗੀ ਜਿਸ ਕਰਕੇ ਠੰਡ ਦਾ ਪ੍ਰਕੋਪ ਜਿਆਦਾ ਰਹੇਗਾ ਪਰ 12 ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਨਵਾਂ ਸ਼ਹਿਰ ਦੇ ਵਿੱਚ ਆਪਾਂ ਨੂੰ ਧੁੱਪ ਦੇਖਣ ਨੂੰ ਮਿਲੇਗੀ ਪਰ ਸ਼ਾਮ ਦੇ ਵੇਲੇ ਇਸੇ ਤਰ੍ਹਾਂ ਹੀ ਤੁੰਦ ਬਣਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਠੰਡ ਦਾ ਪ੍ਰਕੋਪ ਨਵਾਂ ਸ਼ਹਿਰ ਵਾਸੀਆਂ ਦੇ ਲਈ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਹੁਣ ਗੱਲ ਕਰਦੇ ਆਂ ਆਪਾਂ ਜ਼ਿਲ੍ਹਾ ਪਠਾਨਕੋਟ ਦੀ ਪਠਾਨਕੋਟ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਬਿਲਕੁਲ ਸਾਫ਼ ਬਣਿਆ ਰਹੇਗਾ ਪਰ ਅੱਜ ਸਵੇਰ ਦੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਵਧੀਆ ਕੋਪ ਨਿਕਲੇਗੀ ਜਿਸ ਕਰਕੇ ਪਠਾਨਕੋਟ ਵਾਸੀਆਂ ਨੂੰ ਠੰਡ ਤੋਂ ਥੋੜੀ ਰਾਤ ਮਿਲੇਗੀ ਪਰ ਸ਼ਾਮ ਦੇ ਵੇਲੇ ਫਿਰ ਧੁੰਦ ਦੇ ਨਾਲ ਹਲਕੀ ਬੱਦਲਵਾਈ ਨਜ਼ਰ ਆਉਗੀ ਜਿਸ ਕਰਕੇ ਸ਼ਾਮ ਦੇ ਵੇਲੇ ਪਠਾਨਕੋਟ ਦੇ ਅੰਦਰ ਫਿਰ ਠੰਡ ਦਾ ਪ੍ਰਕੋਪ ਬਣਦਾ ਨਜ਼ਰ ਆ ਰਿਹਾ ਹੈ ਤੇ ਹੁਣ ਗੱਲ ਕਰਦੇ ਆਪਾਂ ਜਿਲ੍ਹਾ ਬਠਿੰਡਾ ਦੀ ਤਾਂ ਬਠਿੰਡਾ ਦੇ ਵਿੱਚ ਆਉਣ ਵਾਲੇ 24 ਘੰਟੇ ਮੌਸਮ ਤਾਂ ਬਿਲਕੁਲ ਕਲੀਅਰ ਸਾਫ਼ ਦੱਸਿਆ ਗਿਆ ਪਰ ਠੰਡ ਦਾ ਪ੍ਰਕੋਪ ਜਾਰੀ ਰਹੇਗਾ ਆਪਾਂ ਨੂੰ 8 ਤੋਂ 10 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਵੀ ਚੱਲੇਗੀ ਜਿਸ ਕਰਕੇ ਤੁੰਦ ਅਤੇ ਠੰਡ ਦਾ ਪ੍ਰਕੋਪ ਬਠਿੰਡਾ ਵਾਸੀਆਂ ਨੂੰ ਨਾਲ ਲੱਗਦੇ ਸਾਰੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਦੋਸਤੋ ਏਸੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਮੌਸਮ ਦੀ ਜਾਣਕਾਰੀ ਤੇ ਬਾਕੀ ਤੁਸੀਂ ਦੱਸੋ ਕਿ ਤੁਸੀਂ ਕਿਸ ਜ਼ਿਲ੍ਹੇ ਜਾਂ ਪਿੰਡ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਏ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੇ ਏਰੀਏ ਜਾਂ ਪਿੰਡ ਦੇ ਮੌਸਮ ਬਾਰੇ ਜ਼ਰੂਰ ਦੱਸਿਆ ਕਰੋ ਤੇ ਜੇ ਜਾਣਕਾਰੀ ਵਧੀਆ ਲੱਗੀ ਆ ਤਾਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਉਹਨਾਂ ਨੂੰ ਵੀ ਮੌਸਮ ਦੀ ਜਾਣਕਾਰੀ ਦਾ ਪਤਾ ਲੱਗ ਜਾਵੇ ਅਸੀਂ ਹਰ ਰੋਜ਼ ਡੇਲੀ ਤੁਹਾਡੇ ਲਈ ਇਹ ਅਪਡੇਟ ਲੈ ਕੇ ਆਉਂਦੇ ਰਹਿੰਨੇ ਆ ਪਰ ਦੋਸਤੋ ਜਾਣ ਤੋਂ ਪਹਿਲਾਂ ਜੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣੇ ਘੰਟੀ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਧੰਨਵਾਦ ਪਿਆਰ ਕਰਨਾ ਜਾਂ ਛੁਡਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਨੇ ਚ ਹੈ ਜਾਂ ਕਿਸੇ ਦੀ ਪੇਟੀ ਕਿਸੇ ਦੂਸਰੇ ਦੇ ਕਹਨੇ ਚ ਹੈ ਪ੍ਰੇਮੀ ਪ੍ਰੇਮ ਕਾ ਚ ਅਣਬਣ ਵਿਦੇਸ਼ ਯਾਤਰਾ ਲਾਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ 골ਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 95012 84753